ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਇੱਕ ਜਿਹੜਾ ਪ੍ਰੋਡਕਟ ਹੈ ਸੀਵੀਡ ਐਕਸਟ੍ਰੈਕਟ ਇਫਕੋ ਸਾਗਰੀਕਾ ਦੇ ਨਾਮ ਤੇ ਆਉਂਦਾ ਹੈ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਸੀ ਕਿ ਇਹਦੇ ਬਾਰੇ ਵੀ ਜਾਣਕਾਰੀ ਦਿਓ ਕਿਉਂਕਿ ਆਪਾਂ ਕਣਕ 'ਚ ਵੈਸੇ ਫਟਾਰੇ ਬਾਰੇ ਤੁਹਾਨੂੰ ਮੈਂ ਦੱਸਿਆ ਕਿ ਸਿੰਪਲ ਤੇ ਸਪਸ਼ਟ ਜਿਹੜੀ ਤੁਹਾਡੇ ਨਾਲ ਵੀਡੀਓਜ਼ ਰਾਈ ਮੈਂ ਜਾਣਕਾਰੀ ਸਾਂਝੀ ਕੀਤੀ ਕਿ ਜਿਹੜੇ ਤੱਤਾਂ ਦੀ ਘਾਟ ਖਾਸ ਤੌਰ ਤੇ ਐਨਪੀਕੇ ਆਪਾਂ ਦਿੱਤਾ ਹੁੰਦਾ ਸਲਫਰ ਵੀ ਪਾਇਆ ਹੁੰਦਾ ਜਿਹਦੇ ਇਸ ਤੋਂ ਇਲਾਵਾ ਮੈਗਨੀਅਮ ਜ਼ਿੰਕ ਕਲੀ ਦਾ ਪਾਣੀ ਯੂਰੀਆ ਦੀ ਸਪਰੇਅ ਦੱਸੀ ਬਹੁਤ ਵਧੀਆ ਸਪਰੇਅ ਜਿਹੜੀ ਕਿ ਆਪ ਦੇ ਵੱਲੋਂ ਤੱਤ ਵੀ ਦਿੰਦੀ ਹੈ ਗਰੋਥ ਵੀ ਜਿਹੜੀ ਹੈਗੀ ਹੈ ਫਸਲ ਦੀ ਬਹੁਤ ਵਧੀਆ ਹੁੰਦੀ ਹੈ ਪਰ ਕਿਸਾਨ ਵੀ ਰ ਆਪਦੀ ਸਮਝ ਮੁਤਾਬਕ ਜਾਂ ਆਪਣੀ ਜ਼ਰੂਰਤ ਅਨਸਾਰ ਜਾਂ ਆਪਦੀ ਜਿਹੜੀ ਜਿਹੜੀ ਹੈਗੀ ਫਸਲ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਵਰਤਦੇ ਆ ਸੋ ਮੈਂ ਜਿੰਨੇ ਕੁ ਸਵਾਲ ਆਉਂਦੇ ਮੈਂ ਉਹਦੇ ਹਿਸਾਬ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਸੋ ਇਹਦੇ ਵਿੱਚ ਆਪਾਂ ਦੱਸਾਂਗੇ ਕਿ ਇਹ ਜਿਹੜਾ ਪ੍ਰੋਡਕਟ ਕੀ ਹੈ ਤੇ ਇਹਦੀ ਆਪਾਂ ਵਰਤੋਂ ਕਿਵੇਂ ਕਰ ਸਕਦੇ ਹਾਂ ਤੇ ਇਹ ਚ ਹੁੰਦਾ ਕੀ ਹੈ ਅਸਲ ਦੇ ਵਿੱਚ ਜੇ ਕੋ ਨਵੇਂ ਕਿਸਾਨ ਵੀ ਜੁੜੇ ਹੋ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਜਿਹੜਾ ਇਹ افਕੋ ਸਾਗਰਿਕਾ ਕਿਸਾਨ ਵੀਰੋ ਇਹ ਜਿਹੜਾ ਨੈਚੁਰਲ ਆਰਗੈਨਿਕ ਪ੍ਰੋਡਕਟ ਹੈ ਨੈਚੁਰਲ ਸੀ ਵੀਡ ਐਕਸਟ੍ਰੈਕਟ ਹੈ ਜਿਹੜੀ ਬਰਾਊਨ ਤੇ ਰੈੱਡ ਅਲਗੀ ਹੁੰਦੀ ਹੈ ਜਿਹੜੀ ਸਮੁੰਦਰਾਂ ਦੇ ਵਿੱਚ ਪਾਈ ਜਾਂਦੀ ਹੈ ਉਹਦਾ ਆਰਟੀਫੀਸ਼ੀਅਲ ਤੌਰ ਤੇ ਵੀ ਕਲਟੀਵੇਸ਼ਨ ਕਰਕੇ ਉਹਨੂੰ ਜਿਹੜਾ ਹੈਗਾ ਇਹ ਤਿਆਰ ਕੀਤਾ ਜਾ ਸਕਦਾ ਹੈ ਇਹਦਾ ਜੂਸ ਕਹ ਲਈਏ ਆਪਾਂ ਜਿਹੜੀ ਸੀ ਵੀਡ ਦਾ 28% ਜਿਹੜੀ ਹੈਗੀ ਇਹਦੀ ਕਨਸੈਂਟ੍ਰੇਸ਼ਨ ਦੀ 28% ਆਉਂਦਾ ਜਿਹੜਾ ਲਿਕਵਿਡ ਸਾਗਰਿਕਾ ਆਉਂਦਾ ਤੇ ਜਿਹੜੀ ਉਹ ਏਲਗੀ ਹੁੰਦੀ ਹੈ ਉਹਦਾ ਜੂਸ ਜਿਹੜਾ ਕੱਢਿਆ ਜਾਂਦਾ ਇਹਦਾ ਜਿਹੜਾ ਕੰਟੈਂਟ ਹੈ ਸੱਚ ਤਾਂ ਉੱਤੇ ਜਿਹੜਾ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਪਰ ਉਹਦੇ ਵਿੱਚ ਜੋ-ਜੋ ਹੁੰਦਾ ਉਹ ਮਟੀਰੀਅਲ ਤਾਂ ਇਹਦੇ ਵਿੱਚ ਹੋਊਗਾ ਨਾ ਜਿਵੇਂ ਕਿ ਅ ਅਮੀਨੋ ਐਸਿਡਸ ਆ ਪ੍ਰੋਟੀਨਸ ਆ ਕਾਰਬੋਹਾਈਡਰੇਟਸ ਆ ਜਾਂ ਜਿਹੜੇ ਪlant growth promoter ਨੇ ਜਿਬ੍ਰਾਇਲਨਸ ਹੈ ਸਾਈਟੋਕਾਈਨਨਸ ਹੈ ਆਕਸੀਨਸ ਹੈ ਜਿਹੜੇ ਕਿ ਕੁਦਰਤੀ ਤੌਰ ਤੇ ਵੀ ਜ਼ਮੀਨ ਦੇ ਵਿੱਚ ਪ੍ਰੋਡਿਊਸ ਹੁੰਦੇ ਆ ਤੇ ਫਸਲ ਇਨ੍ਹਾਂ ਗਰੋਥ ਰੈਗੂਲੇਟਰਸ ਕਰਕੇ ਹੀ ਗਰੋਥ ਕਰਦੀ ਹੈ ਕਈ ਵਾਰ ਜਿਹੜੀ ਆਪਾਂ ਉਤੋਂ ਗੁਰੂ ਵਾਧਾ ਰੋਕਣ ਵਾਸਤੇ ਸਪਰੇਅਾਂ ਕਰਦੇ ਜਿਵੇਂ ਲਿਊਸਨ ਵੇਰਾ ਵਗੈਰਾ ਕਣਕ 'ਚ ਉਹ ਜਿਹੜੀ ਹੈਗੀ ਉੱਪਰ ਉਹਨਾਂ ਗਰੋਥ ਰੈਗੂਲੇਟਰਸ ਨੂੰ ਹੀ ਕੰਟਰੋਲ ਕਰਦੀ ਹੈ ਸੋ ਇਹਦੇ ਨਾਲ ਜਿਹੜੇ ਹੈਗਾ ਫਸਲ ਵਾਧੀ ਹੈ ਗ੍ਰੋਥ ਕਰ ਦਿਓ ਤੁਸੀਂ ਸਪਰੇਅ ਕਰਦੇ 250 ml ਪ੍ਰਤੀ ਏਕੜ ਦੀ ਸਪਰੇਅ ਦੀ ਇਹਦੀ ਸਫਾਰਸ਼ ਹੈ 250 ml ਪ੍ਰਤੀ ਏਕੜ ਆਪਾਂ ਸਪਰੇਅ ਕਰ ਸਕਦੇ ਹਾਂ ਤਿੰਨ ਵਾਰੀ ਇਹਦੀ ਇਸ ਕੋਰਲ ਸਫਾਰਸ਼ ਕੀਤੀ ਗਈ ਪਹਿਲਾਂ ਟੈਲਰਿੰਗ ਸਟੇਜ ਤੇ ਫਿਰ ਪ੍ਰੀ ਫਲਾਵਰਿੰਗ ਫਿਰ ਫਲਾਵਰਿੰਗ ਤੋਂ ਬਾਅਦ ਦੁੱਧਾ ਪਰਨ ਵੇਲੇ ਇਹ ਤੁਸੀਂ ਜੇ ਕਰਨੀ ਆ ਤਾਂ ਇਹ ਕਰ ਸਕਦੇ ਕੀਮਤੇ ਦੀ ਮੇਰਾ ਖਿਆਲ 500 ਰੁਪਿਆ ਲੀਟਰ ਮਗਰ ਹੈ ਤੇ ਆਪਾਂ ਪਾਈਆ ਕਰਨੀ ਹੈ ਚੌਥਾ ਐਸਾ ਖਰਚਾ ਕੋਈ ਬਹੁਤਾ ਹੈ ਨਹੀਂ ਜੇ ਤੁਸੀਂ ਕਰਨਾ ਚਾਹੋ ਤਾਂ ਇਹਦੇ ਵਿੱਚ ਜਿਹੜਾ ਹੈਗਾ ਆਪ ਦੇ ਵੱਲੋਂ ਕੋਈ ਬਹੁਤੇ ਜਿਹੜੇ ਹੈਗੇ ਆ ਤੱਤ ਨਹੀਂ ਇਹਦੇ ਵਿੱਚ ਐਡ ਹੁੰਦੇ ਥੋੜੇ ਬਹੁਤ ਨਿਊਟ੍ਰੀਐਂਟਸ ਹੋ ਸਕਦੇ ਆ ਐਲਗੀ ਦੇ ਵਿੱਚ ਪਰ ਇਹਦੇ ਵਿੱਚ ਗਰੋਥ ਰੈਗੂਲੇਟਰਸ ਹੁੰਦੇ ਆ ਜੇ ਜ਼ਮੀਨ ਦੇ ਵਿੱਚ ਜਾਨ ਹੈਗੀ ਤਾਂ ਬੂਟੇ ਨੂੰ ਇਹਨਾਂ ਨੇ એનર્ਜੀ ਦੇਣੀ ਹੈ ਬੂਟੇ ਨੂੰ ਗਰੋਥ ਰੈਗੂਲੇਟਰਸ ਦੇਣੇ ਕਿ ਜਿਹਦੇ ਨਾਲ ਬੂਟੇ ਦੇ ਵਿੱਚ ਜਾਨ ਪੈਂਦੀ ਕਾਰਬੋਹਾਈਡਰੇਟ ਵਗੈਰਾ ਕਿ ਬੂਟਾ ਜਿਹੜਾ ਵਧਣਾ ਸ਼ੁਰੂ ਕਰ ਦੂਗਾ ਜਿਵੇਂ ਨਾਈਟ੍ਰੋਜਨ ਆ ਉਹਦਾ ਜਿਹੜਾ ਪ੍ਰੋਟੀਨਸ ਬਣਦੇ ਸਲਫਰ ਆ ਨਾਈਟ੍ਰੋਜਨ ਜਿਹੜਾ ਆਪਾਂ ਐਡ ਕਰਦੇ ਆ ਇਹਨਾਂ ਦੇ ਵਿੱਚ ਸਿੱਧੇ ਹੀ ਅਮੀਨੋ ਐਸਿਡ ਜਾਂ ਪ੍ਰੋਟੀਨ ਹੁੰਦੇ ਜਿਹੜੇ ਬੂਟੇ ਨੂੰ ਸਿੱਧੇ ਜਾਂਦੇ ਆ ਸੋ ਜ਼ਮੀਨ ਦੇ ਵਿੱਚੋਂ ਜਿਹੜੀ ਤਾਕਤ ਹੈ ਬੂਟਿਆਂ ਨੇ ਜ਼ਮੀਨ ਚੋਂ ਲੈਣੀ ਪਰ ਇਹਦੇ ਵਿੱਚੋਂ ਜਿਹੜੀ ਹੈਗੀ ਉਹਨੂੰ ਗਰੋਥ ਰੈਗੂਲੇਟਰ એનર્ਜੀ ਮਿਲਣੀ ਆ ਨਾਲ ਪ੍ਰੋਟੀਨਸ ਹੈ ਵਿਟਾਮਿਨਸ ਜਾਂ ਅਮੀਨੋ ਐਸਿਡ ਵਗੈਰਾ ਸੋ ਇਹਦੇ ਵੱਲੋਂ ਜਿਵੇਂ ਉਹ ਵੀ 28% ਹੁੰਦੀ ਹੈ ਤੇ 250 ml ਆਪਾਂ ਪਾਉਣੀ ਆ ਸੋ ਇਹ ਜੇ ਤੁਸੀਂ ਕਰਨੀ ਸਪਰੇਅ ਕਰ ਸਕਦੇ ਆ ਕਿਉਂਕਿ ਆਰਗੈਨਿਕ ਨੇਚਰਲ ਪ੍ਰੋਡਕਟ ਆ ਇਹ ਇਹ ਤੁਸੀਂ ਕਰ ਸਕਦੇ ਇਹਦਾ ਕੋਈ এনवायरमेंट ਤੇ ਬੈਡ ਇਫੈਕਟ ਨਹੀਂ ਫਸਲ ਦੇ ਕੋਈ ਜਿਹੜਾ ਹੈਗਾ కెమికਲ ਕੋਈ ਬੈਡ ਇਫੈਕਟ ਨਹੀਂ ਹੈਗਾ ਇਹ ਤੁਸੀਂ ਵਰਤ ਸਕਦੇ ਹੋ ਪਰ ਜ਼ਮੀਨ 'ਚ ਜਾਣ ਹੋਣੀ ਬੜੀ ਜ਼ਰੂਰੀ ਆ ਜੇ ਤੁਸੀਂ ਇਹ ਸਪਰੇਅ ਕਰੋਗੇ ਤਾਂ ਫਸਲ ਕੋਈ ਸ਼ੱਕ ਨਹੀਂ ਕਿ ਗਰੋਥ ਵੀ ਕਰੂ ਫਟਾਰਾ ਵੀ ਕਰੂ ਬਹੁਤ ਵਧੀਆ ਕਰੂਗੀ ਪਰ ਉਹਨੇ ਤਾਕਤ ਸਾਰੀ ਜ਼ਮੀਨ ਚੋਂ ਲੈਣੀ ਆ ਇਹ ਜਮੀਨ ਤੁਹਾਡੀ ਮਾੜੀ ਹੈ ਤਾਂ ਅਗਲੀ ਫਸਲ ਵਾਸਤੇ ਉਹਦੇ ਵਿੱਚ ਸਮਾਨ ਘੱਟ ਬਚੂਗਾ ਸੋ ਉਹਦੇ ਵਾਸਤੇ ਵੀ ਆਪਾਂ ਨੂੰ ਜਿਹੜਾ ਬੈਲੈਂਸ ਹੈ ਜਿਹੜਾ ਜਿਹਦੇ ਵਿੱਚ ਆਪਾਂ ਕੋਈ ਖਾਦ ਪਾਉਣੀ ਹੈ ਜਾਂ ਆਪਾਂ ਫਸਲਾਂ ਦੀ ਰਹਿਣ ਖੁੰਦ ਵਿੱਚ ਪਾਉਣੀ ਹੈ ਜਾਂ ਐਨਪੀਕੇ ਸਲਫਰ ਸਪਲਾਈ ਕਰਨੀ ਹੈ ਜਿਹੜੇ ਉਹ ਆਪਾਂ ਨੂੰ ਬਾਹਰੋਂ ਜਿਹੜੇ ਇੱਕ ਬੈਲੈਂਸ ਦੇ ਵਿੱਚ ਅਪਲਾਈ ਕਰਨੇ ਪੈਣਗੇ ਤਾਂ ਕਿ ਬੂਟਿਆਂ ਨੂੰ ਜਦੋਂ એનર્ਜੀ ਜਾਂ ਗਰੋਥ ਰੈਗੂਲੇਟਰ ਮਿਲਦੇ ਤਾਂ ਉਹ ਗਰੋਥ ਪ੍ਰੋਪਰ ਕਰ ਸਕਣ ਜਮੀਨ ਦੇ ਵਿੱਚੋਂ ਜਿਹੜੇ ਤਤ ਲੈ ਕੇ ਵੈਸੇ ਜਿਹੜਾ ਫਲਾਵਰਿੰਗ ਟਾਈਮ ਤੁਸੀਂ ਸਬਜ਼ੀਆਂ ਚ ਫਲਾਂ ਚ ਵੀ ਕਰ ਸਕਦੇ ਆ ਫਲਾਵਰਿੰਗ ਇਨਹਾਂਸ ਕਰਦੇ ਕਿਉਂਕਿ ਗਰੋਥ ਪ੍ਰੋਮੋਟਰਸ ਨੇ ਜਿਹੜੇ ਉਹ ਫਲਾਵਰਿੰਗ ਵੀ ਇਨਹਾਂਸ ਕਰਦੇ ਹੁੰਦੇ ਤੇ ਗਰੋਥ ਵੀ ਤੇ ਡਿਵੈਲਪਮੈਂਟ ਵੀ ਸੋ ਇਹ ਜਿਹੜਾ ਹੈਗਾ ਇਸ ਵੀਡੀਓ ਦੀ ਜਾਣਕਾਰੀ ਸੀਗੀ ਹੋਰ ਜਾਣਕਾਰੀ ਲਈ ਅੱਗੇ ਆਪਾਂ ਵੀਡੀਓ ਪਾਉਂਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤ ਬਹੁਤ ਬਹੁਤ ਸ਼ੁਕਰੀਆ ਜੀ